ਕਿਸਾਨਾਂ ਵੱਲੋਂ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ। ਡੀਸੀ ਦਫ਼ਤਰ ਬਾਹਰ ਬਾਸਮਤੀ ਸੁੱਟ ਕੇ ਕੀਤਾ ਪ੍ਰਦਰਸ਼ਨ। ਬਾਸਮਤੀ ਦਾ ਮੁੱਲ ਘੱਟ ਮਿਲਣ ਤੇ ਕਿਸਾਨਾਂ 'ਚ ਰੋਸ। ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਆਪਣੀਆਂ ਫਸਲਾਂ ਲੈ ਕੇ ਮੰਡੀਆਂ 'ਚ ਪਹੁੰਚ ਰਹੇ ਨੇ, ਲੇਕਿਨ ਕਿਸਾਨਾਂ ਨੂੰ ਫਸਲ ਦਾ ਮੁੱਲ ਸਹੀ ਨਾ ਮਿਲਣ ਤੇ ਕਿਸਾਨਾਂ 'ਚ ਰੋਸ ਵੇਖਣ ਨੂੰ ਮਿਲ ਰਿਹਾ। ਪਿਛਲੇ ਦਿਨ ਕਿਸਾਨਾਂ ਵੱਲੋਂ ਕਿਹਾ ਗਿਆ ਸੀ ਕਿ ਅਗਰ ਸਾਨੂੰ ਮੰਡੀਆਂ ਦਾ ਮੁੱਲ ਸਹੀ ਨਾ ਮਿਲਿਆ ਤਾਂ ਅਸੀਂ ਪ੍ਰਦਰਸ਼ਨ ਕਰਾਂਗੇ, ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ 'ਚ ਕਿਸਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪਹੁੰਚ ਕੇ ਬਾਸਮਤੀ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਬਜੀਤ ਸਿੰਘ ਭੰਡੇਰ ਦੀ ਅਗਵਾਈ 'ਚ ਕੀਤਾ ਗਿਆ। ਦੇਖੋ, ਅਸੀਂ ਤੁਹਾਨੂੰ ਕੱਲ੍ਹ ਵੀ ਮੰਡੀਆਂ 'ਚ ਜਾ ਕੇ ਦੌਰਾ ਕਰਕੇ ਦਿਖਾ ਲਿਆ ਸੀ, ਅੱਜ ਵੀ ਦਿਖਾ ਰਹੇ ਹਾਂ ਵੀ ਅੱਜ ਡੀਸੀ ਕੰਪਲੈਕਸ ਦੇ ਸਾਹਮਣੇ ਆ ਬਾਸਮਤੀ ਪੁੱਤਾਂ ਵਾਂਗ ਪਾਲੀ। ਕੋਈ ਵੀ ਕਿਸਾਨ ਨੇ ਪਹਿਲਾਂ ਆਲੂ ਟਮਾਟਰ ਮਟਰ ਰੋਲਦੇ ਤਾਂ ਤੁਸੀਂ ਸੜਕਾਂ 'ਤੇ ਸੁੱਟਦੇ ਦੇਖਿਆ ਹੋਊ, ਅੱਜ ਪਹਿਲੀ ਵਾਰ ਆ ਬਾਸਮਤੀ ਸੁੱਟੀ ਅਤੇ ਪਹਿਲੀ ਵਾਰ 50% ਤੋਂ ਵੱਧ ਰੇਟ ਕ੍ਰੈਸ਼ ਕਰ ਰਹੇ ਆ ਮੰਡੀ 'ਚ। ਤਾਂ ਤੁਸੀਂ ਦੇਖ ਲਓ, ਇੱਕ ਏਕੜ ਦਾ 20 ਤੋਂ 25 ਹਜ਼ਾਰ ਰੁਪਈਆ ਪਰ ਏਕੜ ਘਾਟਾ ਪੈ ਰਿਹਾ ਹੈਗਾ, ਅਤੇ ਜੇ ਇੰਨਾ ਘਾਟਾ ਪਿਆ ਵਾ ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈਗਾ ਵਾ? ਇਹ ਤਾਂ ਸਾਨੂੰ ਜਵਾਬ ਦੇਣ। ਦੂਜਾ ਗੱਲ ਹੈ ਵੀ ਕੇਂਦਰ ਤਾਂ ਸਾਨੂੰ ਮਾਰਨਾ ਚਾਹੁੰਦੀ ਸੀ, ਪੰਜਾਬ ਸਰਕਾਰ ਵੀ ਮਾਰ ਰਹੀ ਆ ਵੀ ਪੰਜਾਬ ਸਰਕਾਰ ਕਹਿੰਦੀ ਸੀ ਅਸੀਂ ਬਾਸਮਤੀ ਨੂੰ ਪ੍ਰਮੋਟ ਕਰਨਾ, ਬਾਸਮਤੀ ਦਾ ਜਿਹੜਾ ਵਾ ਉਹ ਪਾਣੀ ਘੱਟ ਪੀਂਦੀ ਆ, ਇਹਨੂੰ ਹਲਾਰਾ ਦੇਣਾ। ਜੇ 3200 ਤੋਂ ਰੇਟ ਘਟੇ ਤਾਂ ਅਸੀਂ ਮੰਡੀਆਂ ਵਿੱਚ ਇੰਟਰ ਕਰਾਂਗੇ, ਪਰ ਪੰਜਾਬ ਸਰਕਾਰ ਨਜ਼ਰ ਨਹੀਂ ਆਉਂਦੀ। ਪਿਛਲੇ ਸਾਲ 3500-4000 ਕੇਂਦਰ ਦੀ ਨੀਅਤ ਅਤੇ ਨੀਤ ਖੋਟੀ ਆ, ਉਹ ਸਾਨੂੰ ਮਾਰਨ ਨੂੰ ਪਹਿਲੋਂ ਤਿਆਰੀ 'ਚ ਆ। ਉਹਨੇ ਪਹਿਲੋਂ ਐਕਸਪੋਰਟ ਡਿਊਟੀ ਲਾ ਦਿੱਤੀ, ਜਿੰਨੇ ਵੀ ਟੈਂਡਰ ਸੀਗੇ ਸਾਰੇ ਪਾਕਿਸਤਾਨ ਦੀ ਬਾਸਮਤੀ ਨੂੰ ਮਿਲ ਗਏ, ਹੁਣ ਐਕਸਪੋਰਟ ਡਿਊਟੀ ਚੁੱਕ ਲਈ ਹੈਗੀ। ਦੂਜਾ, ਵਿਰੋਧੀ ਧਿਰ ਕੋਈ ਨਹੀਂ ਬੋਲ ਰਿਹਾ, ਕੱਲ੍ਹ ਮਾਝੇ ਦਾ ਇੱਕ ਲੀਡਰ PC ਕਰ ਰਿਹਾ ਸੀ, ਉਹਨੂੰ ਕਿਤੇ ਨਹੀਂ ਪਤਾ ਲੱਗਾ ਵੀ ਕਿਸਾਨ ਦਾ ਪੁੱਤ ਹੈ ਵੀ ਕਿਸਾਨ ਮੰਡੀਆਂ 'ਚ ਰੋਲ ਰਹੇ। ਕਾਂਗਰਸ ਨਹੀਂ ਬੋਲ ਰਹੀ ਹੈਗੀ, ਤਾਂ ਇਹਦਾ ਮਤਲਬ ਤਾਂ ਰਲ ਕੇ ਤਾਂ ਨਹੀਂ ਸਾਰੇ ਖੇਡ ਰਹੇ ਹੈਗੇ ਸਿਆਸਤ? ਤਾਂ ਇਸ ਕਰਕੇ ਅਸੀਂ DC ਕੰਪਲੈਕਸ ਗਾੜੀ ਵੀ ਝੋਨਾ ਸੁੱਟਿਆ ਅਤੇ ਗਾਂ ਹੁਣ ਸੜਕਾਂ 'ਤੇ ਵੀ ਸੁੱਟਾਂਗੇ ਔਰ ਪ੍ਰਦਰਸ਼ਨ ਕਰ ਰਹੇ ਵੀ ਸਾਡੀ ਆਵਾਜ਼ ਸੁਣੀ ਜਾਵੇ। ਦੋ ਦਿਨ ਪਹਿਲਾਂ ਮੀਟਿੰਗ ਰਹੀ ਪ੍ਰਸ਼ਾਸਨ ਨਾਲ, ਕੀ ਇਹ ਮੰਗ ਨਹੀਂ ਸੀ ਰੱਖੀ ਗਈ? ਹਾਂ, ਮੰਗ ਪੱਤਰ 'ਚ ਸੀਗੀ, ਪਰ ਅਗਲਿਆਂ ਨੂੰ ਅਸੀਂ ਕਹਿ ਰਹੇ ਸੀ ਵੀ ਮੰਡੀ ਡਿੱਗ ਜਾਣੀ, ਅਗਲਿਆਂ ਨੇ ਧਿਆਨ ਨਹੀਂ ਦਿੱਤਾ। ਅਗਲਿਆਂ ਦਾ ਧਿਆਨ ਸਿਰਫ ਆਪਣੀਆਂ ਸੌੜੀਆਂ ਸਿਆਸੀ ਰੋਟੀਆਂ ਸੇਕਣ 'ਤੇ ਆ, ਕਿਸਾਨਾਂ ਮਜ਼ਦੂਰਾਂ ਵੱਲ ਧਿਆਨ ਕਿਸੇ ਦਾ ਵੀ ਨਹੀਂ ਹੈਗਾ। ਹਾਂ, 3 ਅਕਤੂਬਰ ਨੂੰ ਨੈਸ਼ਨਲ ਲੈਵਲ 'ਤੇ ਰੇਲਾਂ ਦਾ ਪਹੀਆ ਜਾਮ ਕਰ ਰਹੇ ਹਾਂ ਅਸੀਂ। ਹਾਂ, ਉਦੋਂ ਤਾਂ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਮੁੱਦਾ ਅਤੇ 12 ਸਾਡੀਆਂ ਮੰਗਾਂ MSP ਲੀਗਲ ਗਰੰਟੀ ਕਾਨੂੰਨ 'ਚ ਬਾਸਮਤੀ ਵਾਲੀ ਮੰਗ ਵੀ ਹੈਗੀ। ਅੰਮ੍ਰਿਤਸਰ ਤੋਂ ਪੱਤਰਕਾਰ ਬਬੁਲ ਮਹਾਜਨ ਦੀ ਰਿਪੋਰਟ।